ਜੀ ਦਰਸ਼ਕਾਂ ਲਈ ਹਾਂ ਜੀ ਹੈਲੋ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਇਕਬਾਲ ਸਿੰਘ ਬੋਲ ਰਿਹਾ ਜੀ ਮੇਨ ਬਾਜ਼ਾਰ ਹਟੂਰ ਤਹਿਸੀਲ ਜਗਰਾਉਂ ਤੋਂ ਜੀ ਜੀ ਇਕਬਾਲ ਜੀ ਹਾਂਜੀ ਮੇਰਾ ਸਵਾਲ ਇਹ ਹੈ ਜੀ ਵੀ ਮਤਲਬ ਨਾ ਕਈ ਵਾਰੀ ਅਸੀਂ ਆਪਰੇਸ਼ਨ ਵਗੈਰਾ ਕਰਾ ਲੈਂਦੇ ਹਾਂ ਅੱਖਾਂ ਦਾ ਆਪਰੇਸ਼ਨ ਕਰਾ ਲਿਆ ਦੇਖੋ ਉਹਨਾਂ ਆਪਰੇਸ਼ਨ ਸਹੀ ਨਹੀਂ ਹੁੰਦਾ ਜੀ ਡਾਕਟਰ ਸਾਹਿਬ ਤੋਂ ਕੋਈ ਮਤਲਬ ਇੱਕ ਸਾਡੇ ਵੀ ਇੱਦਾਂ ਹੀ ਹੋਇਆ ਵੀ ਉਹ ਅੱਖ ਹੀ ਚਲੀ ਗਈ ਇੱਕ ਬੰਦੇ ਦੀ ਜੀ ਅਸੀਂ ਨਾ ਤਾਂ ਕੀ ਇਹਦੇ ਤੋਂ ਇਹਦੇ ਨਾਲ ਕਾਰਵਾਈ ਕਿਵੇਂ ਹੋ ਸਕਦੀ ਹੈ ਕਿਉਂਕਿ ਅਸੀਂ ਕਿਹੜਾ ਡਾਕਟਰ ਸਾਹਿਬ ਤੋਂ ਕੋਈ ਉਹਦਾ ਬਿੱਲ ਵਗੈਰਾ ਮੰਗਦੇ ਹਾਂ ਜੀ ਇੱਕ ਗੱਲ ਇਹਦੇ ਬਾਰੇ ਦੱਸੋ ਜੀ ਇੱਕ ਗੱਲ ਮੈਂ ਹੋਰ ਪੁੱਛਣੀ ਆ ਆਮ ਤੌਰ ਤੇ ਜਦੋਂ ਅਸੀਂ ਬਾਜ਼ਾਰ ਦੇ ਵਿੱਚ ਕੋਈ ਵੀ ਚੀਜ਼ ਖਰੀਦਣ ਜਾਂਦੇ ਜਾਂ ਅਸੀਂ ਪ੍ਰੈਸ ਖਰੀਦਣ ਚਲੇ ਜਾਈਏ ਜਾਂ ਅਸੀਂ ਵਾਟਰ ਫਿਲਟਰ ਖਰੀਦਣ ਚਲੇ ਜਾਈਏ ਅਸੀਂ ਜਿਹਨਾਂ ਨੂੰ ਕਹਿੰਦੇ ਹਾਂ ਵੀ ISI ਮਾਰਕਾ ਲੈਣਾ ਤਾਂ ਉਹ ਸਾਨੂੰ ਕਹਿੰਦੇ ਆ ISO ਦੇ ਦਿੰਦੇ ਆ ਇਹਦੇ ਵਿੱਚ ਵੀ ਸਾਨੂੰ ਫਰਕ ਦੱਸਿਆ ਜਾਵੇ ਵੀ ਇਹਦੇ ਵਿੱਚ ਕੀ ਫਰਕ ਹੁੰਦਾ ਜੀ ਵੀ ਸਾਡਾ ਸ਼ੁਕਰੀਆ ਜੀ ਇਕਬਾਲ ਜੀ ਹਾਂਜੀ ਇਹ ਇਕਬਾਲ ਸਿੰਘ ਹਟੂਰ ਜੀ ਸਾਡੇ ਦੂਰਦਰਸ਼ਨ ਦੇ ਬੜੇ ਪੁਰਾਣੇ ਦਰਸ਼ਕ ਆ ਔਰ ਇਹ ਬੜਾ ਪ੍ਰੋਗਰਾਮ ਵੀ ਦੇਖਦੇ ਆ ਸਵਾਲ ਵੀ ਕਰਦੇ ਆ ਚੰਗੇ ਨੁਕਤੇ ਵੀ ਉਠਾਉਂਦੇ ਹਨ ਲੋਕਾਂ ਨਾਲ ਜੁੜੇ ਹੋਏ ਮਸਲੇ ਇਹਨਾਂ ਨੇ ਦੋ ਤਿੰਨ ਗੱਲਾਂ ਇਕੱਠੀਆਂ ਖੜੀਆਂ ਕਰ ਦਿੱਤੀਆਂ ਪਹਿਲੀ ਗੱਲ ਤਾਂ ਇਹ ਹੈ ਕਿ ਡਾਕਟਰ ਜਿਹੜੇ ਹੈ ਜਿਹੜੇ ਓਪਰੇਸ਼ਨ ਗਲਤ ਕਰਦੇ ਜਿਹੜੇ ਡਾਇਗਨੋਸ ਗਲਤ ਕਰਦੇ ਟ੍ਰੀਟਮੈਂਟ ਗਲਤ ਕਰਦੇ ਉਹ ਸਾਡੇ ਇਸ ਐਕਟ ਦੇ ਘੇਰੇ ਵਿੱਚ ਆਉਂਦੇ ਹਨ ਔਰ ਓਪਰੇਸ਼ਨ ਕਿਸੇ ਅੱਖ ਦਾ ਕਰਨਾ ਹੁੰਦਾ ਕਰ ਕਿਸੇ ਅੱਖ ਦਾ ਦਿੱਤਾ ਜਾਂਦਾ ਔਰ ਤੁਸੀਂ ਅਖਬਾਰਾਂ ਵਿੱਚ ਖਬਰਾਂ ਪੜ੍ਹੀਆਂ ਹੋਣਗੀਆਂ ਤੇ ਉਹ ਕਾਟਨ ਵੀ ਵਿੱਚੇ ਰਹਿਣ ਦਿੰਦੇ ਪੇਟ ਦੇ ਕੈਂਚੀਆਂ ਵੀ ਵਿੱਚੇ ਰਹਿ ਜਾਂਦੀਆਂ ਔਰ ਲੱਤ ਸੱਜੀ ਦਾ ਓਪਰੇਸ਼ਨ ਹੋਣਾ ਹੁੰਦਾ ਤੇ ਖੱਬੀ ਕੱਟ ਦਿੰਦੇ ਕਈ ਵਾਰੀ ਬਹੁਤ ਡਾਕਟਰਾਂ ਦੇ ਕਿੱਸੇ ਬਹੁਤ ਹਨ ਕਿ ਓਪਰੇਸ਼ਨ ਕਰਦੇ ਕਰਦੇ ਮੋਬਾਈਲ ਫੋਨ ਤੇ ਵੀਡੀਓ ਦੇਖਣ ਲੱਗ ਜਾਂਦੇ ਇਸ ਕਿਸਮ ਦੀਆਂ ਅਣਗਹਿਲੀਆਂ ਕਰਦੇ ਆ ਮਤਲਬ ਇਨਸਥੀਜ਼ੀਆ ਚਾਹੀਦਾ ਜਿੱਥੇ ਬੇਹੋਸ਼ ਕਰਨਾ ਹੁੰਦਾ ਉਹ ਆਇਆ ਨਹੀਂ ਹੁੰਦਾ ਤਾਂ ਵੀ ਉਹਦੀ ਚੀਰ ਫਾੜ ਕਰ ਦਿੰਦੇ ਬਹੁਤ ਕਿਸਮ ਦੇ ਕੇਸ ਹਨ ਡਾਕਟਰਾਂ ਦੇ ਔਰ ਇਹ ਕੇਸ ਉੱਪਰ ਤੱਕ ਜਾ ਰਹੇ ਹਨ ਨੈਸ਼ਨਲ ਕੰਜ਼ਿਊਮਰ ਫੋਰਮ ਤੱਕ ਸੁਪਰੀਮ ਕੋਰਟ ਤੱਕ ਪਹਿਲੀ ਗੱਲ ਤਾਂ ਡਾਕਟਰ ਇਸ ਘੇਰੇ ਵਿੱਚ ਆਉਂਦੇ ਆ ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਵੀ ਬਿੱਲ ਨਹੀਂ ਦਿੰਦੇ ਸਾਡਾ ਕਾਨੂੰਨੀ ਹੱਕ ਆ ਉਹਨਾਂ ਕੋਲੋਂ ਬਿੱਲ ਮੰਗਣਾ ਜੇ ਉਹਨਾਂ ਕੋਲ ਬਿੱਲ ਬੁੱਕ ਨਹੀਂ ਆ ਉਹ ਸਾਨੂੰ ਕਿਸੇ ਵੀ ਰਸੀਦ ਦੇ ਉੱਤੇ ਲਿਖ ਕੇ ਦੇ ਦੇਣ ਜੇ ਫਿਰ ਵੀ ਨਹੀਂ ਦਿੰਦੇ ਇਹਦਾ ਮਤਲਬ ਇਹ ਨਹੀਂ ਆ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਣ ਫਿਰ ਵੀ ਅਸੀਂ ਹਲਫੀਆ ਬਿਆਨ ਦੇ ਕੇ ਫਿਰ ਵੀ ਅਸੀਂ ਕੋਈ ਗਵਾਹ ਖੜਾ ਕਰ ਲੈਂਦੇ ਹਾਂ ਵੀ ਇਹਦੀ ਮੌਜੂਦਗੀ ਵਿੱਚ ਮੈਂ ਉੱਥੇ ਗਿਆ ਸਰਕਮਸਟਾਂਸ਼ੀਅਲ ਐਵੀਡੈਂਸ ਕੋਈ ਦਵਾਈ ਲਿਖ ਕੇ ਦਿੱਤੀ ਹੁੰਦੀ ਪ੍ਰਿਸਕ੍ਰਾਈਬ ਕੀਤੀ ਹੁੰਦੀ ਤਾਂ ਅਸੀਂ ਕਿਸੇ ਕੈਮਿਸਟ ਤੋਂ ਲਈ ਹੁੰਦੀ ਉਹਨਾਂ ਹੱਥਾਂ ਦੀ ਤਾਂ ਕੋਈ ਨਾ ਕੋਈ ਸਰਕਮਸਟਾਂਸ਼ੀਅਲ ਐਵੀਡੈਂਸ ਜਿਹੜਾ ਕਨੈਕਟ ਕਰਦਾ ਹੈ ਬੰਦਾ ਉਸ ਹੋਸਪਿਟਲ 'ਚ ਗਿਆ ਔਰ ਇਹਨੇ ਟ੍ਰੀਟਮੈਂਟ ਉੱਥੋਂ ਲਿਆ ਤਾਂ ਉਹ ਕੰਜ਼ਿਊਮਰ ਬਣ ਗਿਆ ਉਹਦਾ ਅਤੇ ਉਹ ਓਪੋਜਿਟ ਪਾਰਟੀ ਬਣ ਗਈ ਜਿਹੜੀ ਇਹ ਗੱਲ ਅਗਲਾ ਸਵਾਲ ਇਹਨਾਂ ਨੇ ਕੀਤਾ ਕਿ ਅਸੀਂ ਕੋਈ ਚੀਜ਼ ਖਰੀਦਣ ਜਾਂਦੇ ਹਾਂ ਪ੍ਰੈਸ ਖਰੀਦਣ ਜਾਂਦੇ ਹਾਂ ISI ਦੇਖੋ ਜਿਹੜਾ ISI ਦਾ ਇੱਕ ਮਾਰਕ ਹੁੰਦਾ ਆ ਉਹਦਾ ਇੱਕ ਚਿੰਨ੍ਹ ਹੈ ਉਹਦੀ ਇੱਕ ਪਛਾਣ ਹੈ ਉਹਦੀ ਇੱਕ ਸ਼ਨਾਖਤ ਹੈ ਉਹ ਮਤਲਬ ਕਿ ਆਸਾਨੀ ਨਾਲ ਪਤਾ ਲੱਗ ਜਾਂਦਾ ਵੀ ISI ਮਾਰਕ ਹੈ ਔਰ ਨਕਲੀ ਵੀ ਜਿਹੜੇ ਹੈ ਲੋਕ ਵੇਚ ਰਹੇ ਆ ਇਹ ਜਿਹੜਾ ਕੰਜ਼ਿਊਮਰ ਹੈ ਖਪਤਕਾਰ ਹੈ ਖਰੀਦਦਾਰ ਹੈ ਉਹਨੂੰ ਹੀ ਚੁਕੰਨਾ ਹੋਣ ਦੀ ਲੋੜ ਹੈ ਵੀ ਉਹ ਕੀ ਖਰੀਦ ਰਿਹਾ ਉਹ ਕੂੜਾ ਕਰਕਟ ਖਰੀਦ ਰਿਹਾ ਜਾਂ ਕੋਈ ਚੀਜ਼ ਖਰੀਦ ਰਿਹਾ ਜੀ ਕਾਲ ਸਾਡੇ ਨਾਲ ਜੁੜ ਗਏ ਹੈਲੋ